ਐਮਏ ਫਾਈਨਲイヤー 4th ਸੈਮੈਸਟਰ ਵਾਲੇ ਸਟੂਡੈਂਟਸ ਬੇਟਾ ਸੀ ਆਪਣਾ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਵਾਲਾ ਪੇਪਰ ਕਰ ਰਹੇ ਹਾਂ ਤੇ ਅੱਜ ਵਾਲਾ ਜਿਹੜਾ ਸਾਡਾ ਟੋਪਿਕ ਹੈ ਉਹਦਾ ਨਾਮ ਹੈ ਸੱਭਿਆਚਾਰ ਅਤੇ ਧਰਮ ਇਹਨੂੰ ਵੀ ਸ਼ੁਰੂ ਕਰਨ ਦਾ ਸੇਮ ਹੀ ਪੈਟਰਨ ਹੈ ਪਹਿਲਾਂ ਤੁਸੀਂ ਜੋ ਹੈ ਸੱਭਿਆਚਾਰ ਬਾਰੇ ਦੱਸੋਗੇ ਕਿ ਸੱਭਿਆਚਾਰ ਕੀ ਹੁੰਦਾ ਹੈ ਸੱਭਿਆਚਾਰ ਜਿਵੇਂ ਤੁਸੀਂ ਆਪਣੇ ਪਿਛਲੇ ਟੋਪਿਕਾਂ ਵਿੱਚ ਲਿਖੋਗੇ ਨਾ ਸੱਭਿਆਚਾਰ ਕੀ ਹੁੰਦਾ ਹੈ ਕਿਉਂਕਿ ਦੇਖੋ ਪੇਪਰ ਹੀ ਸਾਰੇ ਟੋਪਿਕ ਤੇ ਆਣ ਤੁਰੇ ਜਿਹੜਾ ਵੀ ਟੋਪਿਕ ਆਏਗਾ ਤੁਸੀਂ ਸੱਭਿਆਚਾਰ ਇੱਕੋ ਟੰਗ ਨਾਲ ਯਾਦ ਕਰਨਾ ਹੈ ਤੇ ਉਹੀਓ ਤੁਸੀਂ ਇੰਟਰੋਡਕਸ਼ਨ ਵਿੱਚ ਦੇ ਦੇਣਾ ਹੈ ਕਿ ਸੱਭਿਆਚਾਰ ਕੀ ਹੁੰਦਾ ਹੈ ਹੁਣ ਐ ਤੇ ਇੱਚ ਜੋ ਹੈ ਸੱਭਿਆਚਾਰ ਤੇ ਧਰਮ ਹੁਣ ਧਰਮ ਜੋ ਹੈ ਉਹਨੂੰ ਆਪਾਂ ਦੇਖਾਂਗੇ ਕਿ ਧਰਮ ਕੀ ਹੁੰਦਾ ਹੈ ਦੇਖੋ ਐਸ ਐਸ ਪੇ ਤੇ ਸਿਰਫ ਇੱਕੋ ਹੀ ਲਾਈਨਾਂ ਵਾਲੇ ਮੇਰੀ ਕਿਤਾਬ ਵੀ ਜਿਹੜੀ ਹੈ ਉਹ ਵੀ ਫਟੀ ਹੋਈ ਹੈ ਧਰਮ ਕੀ ਹੈ ਧਰਮ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਮਿਲਦੀਆਂ ਨੇ ਕੁਝ ਕੁ ਮਹੱਤਵਪੂਰਨ ਪਰਿਭਾਸ਼ਾਵਾਂ ਇਸ ਤਰ੍ਹਾਂ ਨੇ ਜਿਵੇਂ ਉੱਪਰ ਮਤਲਬ ਕਿ ਤੁਸੀਂ ਜੋ ਹੈ ਸੱਭਿਆਚਾਰ ਵਾਲੀਆਂ ਪਰਿਭਾਸ਼ਾਵਾਂ ਦੇ ਦੋ ਦੇ ਦੇਣਾ ਬਥੇਰੀਆਂ ਨੇ ਦੋ ਤੇ ਫਿਰ ਜੋ ਹੈ ਫਿਰ ਧਰਮ ਦੀਆਂ ਦੋ ਦੇ ਦੇਣਾ ਫਿਰ ਦੋਵਾਂ ਦੇ ਆਪਸੀ ਚ ਜਿਹੜੇ ਰਿਲੇਸ਼ਨ ਨੇ ਉਹ ਦੇਣੇ ਨੇ ਤੁਸੀਂ ਜੇ ਇਸ ਮੂਰੇ ਕੀ ਲਿਖਦਾ ਹੈ ਕਹਿੰਦਾ ਧਰਮ ਬੁਨਿਆਦੀ ਤੌਰ ਤੇ ਜੀਵਨ ਦਾ ਇੱਕ ਅੰਗ ਹੈ ਧਰਮ ਬੁਨਿਆਦੀ ਤੌਰ ਤੇ ਜੀਵਨ ਜਿਉਣ ਦਾ ਇੱਕ ਟੰਗ ਹੈ ਮਤਲਬ ਕਿ ਇਹ ਜੀਵਨ ਦਾ ਅੰਗ ਹੈ ਇੱਕ ਜੀਵਨ ਜਿਸ ਦਾ ਮੰਤਵ ਪਰਮਾਤਮਾ ਨਾਲ ਸੰਪਰਕ ਜਾਂ ਨਿੱਜੀ ਸਾਥ ਪੈਦਾ ਕਰਨਾ ਹੁੰਦਾ ਜਿਹੜਾ ਧਰਮੀ ਜਦੋਂ ਆਪਾਂ ਵਰਡ ਯੂਜ਼ ਕਰਦੇ ਨਾ ਫਿਰ ਅਸੀਂ ਕਹਿੰਦੇ ਕਿ ਇਹ ਬੰਦਾ ਸ਼ਾਇਦ ਨਾ ਪਰਮਾਤਮਾ ਦੇ ਜਿਆਦਾ ਨੇੜੇ ਹੈਗਾ ਤੇ ਆਪਣੇ ਆਪ ਵਿੱਚ ਜੋ ਹੈ ਆਪਣੇ ਇੰਟਰਨਲ ਆਪਣੀ ਆਤਮਿਕ ਅਵਸਥਾ ਵਿੱਚ ਇਹ ਕਾਫੀ ਉੱਚਾ ਹੈਗਾ ਇਹ ਬੰਦਾ ਧਾਰਮਿਕ ਉਹਨੂੰ ਕਹ ਲਿਆ ਜਾਂਦਾ ਤੇ ਹੁਣ ਕਈ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਨੇ ਫਰੇਜ਼ਰ ਦੀ ਹੈ ਅਰਵਿੰਦੂ ਗੋਸ਼ਤੀ ਹੈ ਟੇਲਰ ਦੀ ਹੈ ਡਾਕਟਰ ਫ੍ਰੈਂਕ ਦੀ ਹੈ ਦੇਖ ਲੋ ਇੱਕ ਦੋ ਪੜ ਲੈਂਦੇ ਆ ਤੁਸੀਂ ਜਿਹੜੀ ਕਰਨੀ ਹੋਈ ਹੈ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਫ੍ਰੀਜ਼ਰ ਕੀ ਕਹਿੰਦਾ ਫ੍ਰੀਜ਼ਰ ਕਹਿੰਦਾ ਧਰਮ ਉਹ ਟੰਗ ਹੈ ਜਿਨ੍ਹਾਂ ਰਾਹੀ ਉਹਨਾਂ ਸ਼ਕਤੀਆਂ ਨੂੰ ਸੰਤੁਸ਼ਟ ਕੀਤਾ ਜਾਂਦਾ ਹੈ ਜਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਸੰਬੰਧੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਜੀਵਨ ਨੂੰ ਮਾਰਗ ਦਿਖਾਉਂਦੀਆਂ ਨੇ ਅਤੇ ਨਿਯੰਤਰਣ ਕਰਦੀਆਂ ਨੇ ਨਕੀ ਇਹ ਜਹੀ ਪਾਵਰ ਜੋ ਹੈ ਉਹ ਉਹਨੂੰ ਸੰਤੁਸ਼ਟ ਕੀਤਾ ਜਾਂਦਾ ਹੈ ਜਿਹੜੀ ਇੱਕ ਪਾਵਰ ਹੈ ਨੇਚਰਲੀ ਪਾਵਰ ਹੈ ਜਿਹੜੀ ਅਰਬਿੰਦੋ ਕੀ ਕਹਿੰਦਾ ਕਹਿੰਦਾ ਧਰਮ ਮਨੁੱਖ ਦਾ ਉਹ ਸੰਵੇਗ ਵਿਚਾਰ ਜਾਂ ਸਰਗਰਮੀ ਅਤੇ ਅਨੁਸ਼ਾਸਨ ਹੈ ਜਿਸ ਦਾ ਉਦੇਸ਼ ਸਿੱਧੇ ਤੌਰ ਤੇ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਹੁੰਦਾ ਹੈ ਹੁਣ ਟੇਲਰ ਕੀ ਲਿਖਦਾ ਹੈ ਧਰਮ ਅਧਿਆਤਮਿਕ ਹਸਤੀਆਂ ਵਿੱਚ ਵਿਸ਼ਵਾਸ ਦਾ ਨਾਮ ਹੈ ਜਿਹੜੀਆਂ ਅਧਿਆਤਮਿਕ ਹਸਤੀਆਂ ਨੇ ਉਹਨਾਂ ਵਿੱਚ ਵਿਸ਼ਵਾਸ ਦਾ ਨਾਮ ਹੈ फ्रैंक डॉक्टर फ्रैंक ਕੀ ਕਹਿੰਦਾ ਇਹ ਕੋਈ ਸੰਸਾਰ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਮਤਲਬ ਕਿ ਧਰਮ ਬਾਰੇ ਕਹਿ ਰਿਹਾ ਉਹ ਇਹ ਦ੍ਰਿਸ਼ਟੀ ਇਸ ਦ੍ਰਿਸ਼ਟੀਕੋਣ ਅਨੁਸਾਰ ਇਹ ਵਿਹਾਰ ਦੇ ਨਿਯਮ ਕਰਦਾ ਹੈ ਕਿ ਅਸੀਂ ਦੂਜਿਆਂ ਨਾਲ ਵਿਹਾਰ ਕਿਵੇਂ ਕਰਨਾ ਹੈ ਸੰਸਾਰ ਦ੍ਰਿਸ਼ਟੀਕੋਣ ਸੰਸਾਰ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਦਿੰਦਾ ਧਰਮ ਸਾਨੂੰ ਪਹਿਲੇ ਹੀ ਚੋਣੇ ਕਿ ਤੇ ਤੀਜੇ ਹੀ ਚੋ ਕਹਿ ਰਿਹਾ ਇਹ ਇੱਕ ਸੰਗਠਨ ਪੇਸ਼ ਕਰਦਾ ਹੈ ਜਿਹੜਾ ਹੋਰਾਂ ਕਾਰਜਾਂ ਤੋਂ ਇਲਾਵਾ ਆਪਣੇ ਅਨੁਆਇਆਂ ਵਿੱਚ ਸਾਂਝ ਤੇ ਇੱਕਮਿਕਤਾ ਪੈਦਾ ਕਰਦਾ ਹੈ ਹੋਰ ਕੰਮ ਕਰਨ ਦੇ ਉਲਾਵਾ ਜਿਹੜੇ ਕਿਸੇ ਇੱਕ ਧਰਮ ਦੇ ਅਨੁਆਈ ਹੁੰਦੇ ਨੇ ਉਹਨਾਂ ਵਿੱਚ ਸਾਂਝ ਅਤੇ ਇੱਕਮਿਕਤਾ ਪੈਦਾ ਕਰਦਾ ਹੈ ਹੁਣ ਦੋਹਾਂ ਵਿੱਚ ਸੰਬੰਧ ਕੀ ਹੈ ਗਿਆ ਛੋਟੀ ਜੀ ਗੱਲ ਨਾਲ ਆਪਾਂ ਦੇਖ ਲਈਏ ਸੱਭਿਆਚਾਰ ਤੇ ਧਰਮ ਵਿਚਕਾਰ ਪਰਸਪਰ ਸੰਬੰਧਨ ਦਾ ਵਰਣਨ ਸੱਭਿਆਚਾਰ ਵਿੱਚ अनेका ਹੀ ਮਿਥਿਆਸਕ ਗੱਲਾਂ ਦਾ ਵਰਣਨ ਮਿਲਦਾ ਹੈ ਜਿਵੇਂ ਮਿਥਿਆਸਕ ਪੁਰਖ ਪੁਰਾਣੀ ਘਟਨਾਵਾਂ ਰਾਖਸ਼ਾਂ ਦੀਆਂ ਗੱਲਾਂ ॠਸ਼ੀਆਂ ਮੁਨੀਆਂ ਦੇ ਸੰਬੰਧ ਆਦਿ ਜਿਵੇਂ ਰਾਮਚੰਦਰ ਜੀ ਰਾਵਣ ਹੋਰਾਂ ਦੀਆਂ ਗੱਲਾਂ ਸਾਰੀਆਂ ਇਹ ਮਿਥਿਆਸਕ ਗੱਲਾਂ ਨੇ ਸ਼ਿਵ ਜੀ ਦੀਆਂ ਗੱਲਾਂ ਫਿਰ ਥੱਲੇ ਦੇਖੋ ਪੁਰਾਣਿਕ حوالے ਸੱਭਿਆਚਾਰ ਦਾ ਇੱਕ ਅੰਗ ਹੁੰਦੇ ਹਨ ਪਰੰਤੂ ਪੁਰਾਣਿਕ ਪੁਰਾਣ ਉਧਨੇ ਜਿਹੜੇ ਪੁਰਾਣਾ ਵਿੱਚ ਜਿਹੜੀਆਂ ਗੱਲਾਂ ਹਿੰਦੂ ਧਰਮ ਦੇ ਜਿਹੜੇ ਪੁਰਾਣ ਨੇ ਨਾ ਉਹਨਾਂ ਵਿੱਚ ਵੇਦਾਂ ਪੁਰਾਣਾ ਇੱਥੇ ਜਿਹੜੇ ਹਵਾਲੇ ਦਿੱਤੇ ਜਾਂਦੇ ਨੇ ਉਹ ਪੁਰਾਣਿਕ ਵਰਡ ਹੈ ਪੁਰਾਣਿਕ ਹਵਾਲਿਆਂ ਦਾ ਧਰਮ ਨਾਲ ਵੀ ਸੰਬੰਧ ਹੈ ਉਦਾਹਰਨ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਕਈ ਪੁਰਾਣਿਕ ਹਵਾਲੇ ਮਿਲਦੇ ਹਨ ਕਈ ਪੁਰਾਣਿਕ ਵਿਸ਼ਿਆਂ ਤੇ ਨਾਂ ਤਾਂ ਨਾਵਾਂ ਤੋਂ ਦੀ ਵਰਤੋਂ ਗੁਰਬਾਣੀ ਵਿੱਚ ਪ੍ਰਤੀਕਾਂ ਦੇ ਤੌਰ ਤੇ ਕੀਤੀ ਜਾਂਦੀ ਹੈ ਜਿਵੇਂ ਕਾਮ ਤੇ ਨੂ ਗਾਂ ਦੀ ਗੱਲ ਹੈਗੀ ਆ ਠੀਕ ਹੈ ਕਲਪ ਬ੍ਰਿਛ ਦੀ ਗੱਲ ਹੈ ਚਿੰਤਾਮਣੀ ਦੀ ਗੱਲ ਹੁੰਦੀ ਹੈ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਪੁਰਾਣਿਕ ਵਿਸ਼ੇ ਨੇ ਅਨਦੀ ਗੱਲ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈ ਭਾਰਤ ਦੇ ਇਤਿਹਾਸਕ ਸਾਹਿਤ ਵਿੱਚ ਰਮਾਇਣ ਤੇ ਮਹਾਭਾਰਤ ਬਹੁਤ ਜ਼ਿਆਦਾ ਮਹੱਤਵਪੂਰਨ ਰਚਨਾਵਾਂ ਹਨ ਰਮਾਇਣ ਦੀ ਜਿਹੜੀ ਰਚਨਾ ਹੈ ਉਹ ਵਾਲਮੀਕੀ ਨੇ ਕੀਤੀ ਅਤੇ ਮਹਾਭਾਰਤ ਜਿਹੜੀ ਹੈ ਉਹ ਰਿਸ਼ੀ ਵੇਦਵਿਆਸ ਨੇ ਲਿਖੀ ਇਹਨਾਂ ਦੋਹਾਂ ਰਚਨਾਵਾਂ ਦੇ ਜਿਹੜੇ ਨਾਇਕ ਨੇ ਰਾਮਚੰਦਰ ਜੀ ਤੇ ਕ੍ਰਿਸ਼ਨ ਜੀ ਉਹ ਸਾਡੇ ਸੱਭਿਆਚਾਰ ਵਿੱਚ ਅਕਸਰ ਉਹਨਾਂ ਦਾ ਵਰਣਨ ਆਉਂਦਾ ਹੈ ਪਰੰਤੂ ਨਾਲ ਹੀ ਇਹਨਾਂ ਮਹਾਨ ਸ਼ਖਸੀਤਾਂ ਨੂੰ Hindu ਧਰਮ ਵਿੱਚ ਬਹੁਤ ਸਨਮਾਨਯੋਗ ਸਥਾਨ ਪ੍ਰਾਪਤ ਹੈ ਇਸ ਤਰ੍ਹਾਂ ਜੋ ਹੈ ਜੋ ਸਾਡੇ ਜੋ ਸਾਡੇ ਧਾਰਮਿਕ ਪੂਜਨੀਕ ਮਹਾਪੁਰਖ ਨੇ ਨਾ ਉਹ ਸਾਡੇ ਸੱਭਿਆਚਾਰ ਦਾ ਸਾਡੇ ਕਲਚਰ ਦਾ ਅੰਗ ਪ੍ਰਾਣੀ ਸਮੇ ਤੋਂ ਰਹੇ ਨੇ ਰਾਜਿਆਂ ਦਾ ਵਰਣਨ ਸੱਭਿਆਚਾਰ ਅੰਦਰ ਆਮ ਆਉਂਦਾ ਹੈ ਰਾਜੇ ਰਾਣੀਆਂ ਦੀਆਂ ਕਹਾਣੀਆਂ ਸਾਡੇ ਸੱਭਿਆਚਾਰ ਦਾ ਇੱਕ ਅੰਗ ਹਨ ਠੀਕ ਹੈ ਨਾ ਜਿਵੇਂ ਕਾਂਸ ਦੀ ਜਰਾਸੰਦ ਦੀ ਆਦ ਨੂੰ Hindu ਧਰਮ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਧਰਮ ਰਾਜ ਦੇ ਕਾਰਜਾਂ ਨਾਲ ਵੀ ਸੰਬੰਧਿਤ ਹੈ ਕਿ ਰਾਜ ਨੇ ਕਿਹੜੇ ਕਿਹੜੇ ਕੰਮ ਕਰਨੇ ਨੇ ਜਿਵੇਂ ਕਿਹਾ ਜਾਂਦਾ ਹੈ ਕਿ ਹਰੇਕ ਰਾਜੇ ਲਈ ਆਪਣੇ ਕਰਤਵਾਂ ਨੂੰ ਪੂਰਾ ਕਰਨਾ ਹੀ ਉਸ ਦਾ ਧਰਮ ਹੈ ਤੇ ਇਹ ਗੱਲਾਂ ਜਿਹੜੀਆਂ ਨੇ ਨੈਤਿਕਤਾ ਨਾਲ ਸੰਬੰਧਿਤ ਹੁੰਦੀਆਂ ਨੇ ਤੇ ਸੱਭਿਆਚਾਰ ਦੇ ਅੰਤਰਗਤ ਵੀ ਆਉਂਦੀਆਂ ਨੇ ਫਿਰ ਦੇਖੋ ਜਿੱਥੇ ਲਿਖਿਆ ਹੈ ਜਾਦੂ ਟੂਣੇ ਜਾਦੂ ਟੂਣੇ ਤਵੀਤ ਆਦਬ ਸੱਭਿਆਚਾਰ ਨਾਲ ਅਟੁੱਟ ਸੰਬੰਧ ਹੈ ਆਮ ਲੋਕਾਂ ਦਾ ਇਹਨਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਠੀਕ ਹੈ ਨਾ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਨੇ ਉਹ ਤੇ ਵਿਚਾਰੇ ਜਾਦੂ ਟੂਣੇ ਤੇ ਤਵੀਤ ਇਹਨਾਂ ਦੇ ਹੀ ਚੱਕਰਾਂ ਵਿੱਚ ਪਈ ਰਹਿੰਦੇ ਨੇ ਤੇ ਇਹਨਾਂ ਨੂੰ ਜੋ ਹੈ ਧਰਮ ਨਾਲ ਜੋੜਿਆ ਜਾਂਦਾ ਹੈ ਜਾਦੂ ਟੂਣੇ ਤਵੀਤ ਆਦਬ ਹਿੰਦੂ ਧਰਮ ਦੇ ਅਧਿਐਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਧਰਤੀ ਤੇ ਪਾਪ ਬਹੁਤ ਵੱਧ ਜਾਂਦੇ ਨੇ ਤੇ ਪ੍ਰਮਾਤਮਾ ਜੀ ਹੋਏ ਆਪ અવਤਾਰ ਲੈਂਦਾ ਹੈ ਤੇ ਪਾਪਾਂ ਦਾ ਨਾਸ਼ ਕਰਨ ਲਈ ਆਉਂਦਾ ਹੈ ਇਸ ਸੰਬੰਧੀ શ્રી ਰਾਮਚੰਦਰ ਜੀ ਤੇ ਕ੍ਰਿਸ਼ਨ ਭਗਵਾਨ ਦੇ ਉਦਾਹਰਣ ਮਿਲਦੇ ਨੇ ਪਰੰਤੂ ਨਾਲ ਹੀ ਇਹਨਾਂ ਗੱਲਾਂ ਦਾ ਸੱਭਿਆਚਾਰ ਨਾਲ ਵੀ ਇਹਨਾਂ ਗੱਲਾਂ ਦਾ ਬਹੁਤ ਡੂੰਘਾ ਸੰਬੰਧ ਹੈ ਨੈਕਸਟ ਦੇਖੋ ਪਸ਼ੂ ਪੰਛੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਸੱਭਿਆਚਾਰ ਵਿੱਚ ਨੇਕਾਂ ਪਸ਼ੂਆਂ ਪੰਛੀਆਂ ਦਾ ਵਰਣਨ ਮਿਲਦਾ ਹੈ ਐਸੀ ਤਰ੍ਹਾਂ ਕੁਝ ਪਸ਼ੂ ਪੰਛੀਆਂ ਦਾ ਸੰਬੰਧ ਧਰਮ ਨਾਲ ਵੀ ਹੁੰਦਾ ਹੈ ਜਿਵੇਂ ਗਊ ਨੂੰ Hindu ਧਰਮ ਵਿੱਚ ਬਹੁਤ ਜ਼ਿਆਦਾ ਆਦਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਗਊ ਦੀ ਪੂਛ ਫੜ ਕੇ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ ਐਸੀ ਤਰ੍ਹਾਂ ਗਰੂਡ ਨੂੰ ਭਗਵਾਨ ਵਿਸ਼ਨੂੰ ਦੀ ਸਵਾਰੀ ਮੰਨਿਆ ਜਾਂਦਾ ਹੈ ਚੂਹੇ ਨੂੰ ਗਣੇਸ਼ ਜੀ ਦੀ ਸਵਾਰੀ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਇਹਨਾਂ ਦਾ ਜੋ ਹੈ ਧਰਮ ਨਾਲ ਵੀ ਸੰਬੰਧ ਹੈ ਪਸ਼ੂ ਪੰਛੀ ਰਾਖਸ਼ਾਂ ਦਾ ਧਰਮ ਨਾਲ ਗੂੜਾ ਸੰਬੰਧ ਹੈ ਰਾਖਸ਼ਾਂ ਤੇ ਦੇਵਤਿਆਂ ਦੀਆਂ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਵਿੱਚ ਦੁਰਗਾ ਤੇ ਦਾਣਵਾ ਦੇ ਯੁੱਧ ਦਾ ਵਰਣਨ ਕਰਦੇ ਨੇ ਐਸੀ ਤਰ੍ਹਾਂ ਰਾਵਣ रामचंद्र ਜੀ ਕ੍ਰਿਸ਼ਨ ਆਦਿ ਯੁੱਧ ਦਾ ਵੀ ਧਰਮ ਨਾਲ ਜੋ ਹੈ ਵਿਸ਼ੇਸ਼ ਸੰਬੰਧ ਹੈ ਇਹ ਸਭ ਕੁਝ ਸਬਿਆਚਾਰ ਨਾਲ ਹੀ ਸੰਬੰਧਿਤ ਹੈ ਦੇਵੀ ਦੇਵਤਿਆਂ ਦਾ ਧਰਮ ਨਾਲ ਅਟੁੱਟ ਸੰਬੰਧ ਹੈ ਹਿੰਦੂਧਰਮ ਵਿੱਚ 33 ਕਰੋੜ ਦੇ ਵੀ ਦੇਵਤਿਆਂ ਦਾ ਵਰਣਨ ਮਿਲਦਾ ਹੈ ਤੇ ਦੇਵੀ-ਦੇਵਤੇ ਜਿਹੜੇ ਹੁੰਦੇ ਨੇ ਉਸ ਉਹਨਾਂ ਦਾ ਸਬੰਧ ਹੋਇਆ ਸਾਡੇ ਸੱਭਿਆਚਾਰ ਨਾਲ ਵੀ ਹੁੰਦਾ ਹੈ ਜਿਵੇਂ ਬੱਚੇ ਤੁਹਾਨੂੰ ਪਤਾ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਬਹੁਤ ਸਾਰੇ ਅਜਿਹੇ ਮੇਲੇ ਤੇ ਇਕੱਠ ਹੁੰਦੇ ਨੇ ਜਿਹੜੇ ਦੇਵੀ-ਦੇਵਤਿਆਂ ਦੇ ਨਾਮ ਤੇ ਹੁੰਦੇ ਨੇ ਦੇਵੀ-ਦੇਵਤਿਆਂ ਦੇ ਨਾਮ ਤੇ ਇਕੱਠ ਹੁੰਦੇ ਨੇ ਤੇ ਉਹਨਾਂ ਦੇਵੀ-ਦੇਵਤਿਆਂ ਦਾ ਸਬੰਧ ਜੋ ਹੈ ਸੱਭਿਆਚਾਰ ਨਾਲ ਵੀ ਹੁੰਦਾ ਹੈ ਉਹ ਸਾਡੇ ਇਵੇਂ ਧਾਰਮਿਕ ਉਹਨਾਂ ਨੂੰ ਧਾਰਮਿਕ ਮੇਲਿਆਂ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ ਪੰਜਾਬ ਦੀ ਉਦਾਹਰਣ ਲੈ ਲਓ ਜਿੱਥੇ ਜਰਗ ਦਾ ਮੇਲਾ ਜਗਰਾਮਾਂ ਦੀ ਰੋਸ਼ਨੀ ਆਦਿ ਧਾਰਮਿਕ ਮੇਲੇ ਸੱਭਿਆਚਾਰਕ ਮੇਲੇ ਦੇ ਮੇਲੇ ਵੀ ਕਹੇ ਜਾਂਦੇ ਨੇ ਜੁ ਜੋ ਧਾਰਮਿਕ ਮੇਲੇ ਹੁੰਦੇ ਨੇ ਤੇ ਨਾਲ ਆਪਾਂ ਉਹਨਾਂ ਨੂੰ ਸੱਭਿਆਚਾਰਕ ਮੇਲੇ ਵੀ ਕਹਿੰਦੇ ਆ ਉਹਦੇ ਤੋਂ ਬਾਅਦ ਹੈ ਮੂਰਤੀ ਪੂਜਾ ਕਰਮ ਕਾਂਡਾਂ ਦੀ ਮਨਾਹੀ ਪੰਥਕ ਵਰਗਪੇਦ ਆਦਤਾਂ ਨਾਲ ਵੀ ਸੰਬੰਧ ਹੁੰਦਾ ਹੈ ਪਰੰਤੂ ਇਹਨਾਂ ਦਾ ਸਬੰਧ ਜੋ ਹੈ ਸਭਿਆਚਾਰ ਨਾਲ ਵੀ ਹੁੰਦਾ ਹੈ ਨੈਕਸਟ ਪੈਰਾਗ੍ਰਾਫ ਦੇਖੋ ਜਾਤ ਪਾਤ ਸਭਿਆਚਾਰ ਦਾ ਅੰਗ ਹੈ ਪਰੰਤੂ ਇਸ ਦਾ ਸਬੰਧ ਧਰਮ ਨਾਲ ਵੀ ਹੈ ਠੀਕ ਹੈ ਨਾ ਜਾਤ ਪਾਤ ਜੋ ਹੈ ਉਹ ਸਾਡੇ ਸਭਿਆਚਾਰ ਦਾ ਹੰਗੂੰਦੀ ਹੈ ਪਰ ਉਹਨੂੰ ਪਾ ਧਰਮ ਨਾਲ ਵੀ ਜੋੜਦੇ ਆਂ ਜਾਤ ਪਾਤ ਇੱਕ ਕੁਰਿਤੀ ਹੈ ਭਾਵੇਂ ਇਹ ਇੱਕ ਸਮਾਜਿਕ ਕੁਰਿਤੀ ਹੈ ਪਰੰਤੂ ਕਿਸੇ ਸਮੇਂ ਇਹ ਧਾਰਮਿਕ ਕੁਰਿਤੀ ਵੀ ਰਹਿ ਚੁੱਕੀ ਹੈ प्राचीन काल ਵਿੱਚ ਨੀਵੀਂ ਜਾਤੀ ਦੇ ਲੋਕ ਜਿਹੜੇ ਨੇ ਮੰਦਿਰਾਂ ਵਿੱਚ ਨਹੀਂ ਜਾ ਸਕਦੇ ਸੀ ਤੇ ਨਾ ਹੀ ਉਹ ਸ਼ਲੋਕ ਸੁਣ ਸਕਦੇ ਸੀ ਤੇ ਇਹ ਸਭ ਕੁਝ ਦਾ ਸਬੰਧ ਸੱਭਿਆਚਾਰ ਨਾਲ ਵੀ ਹੈ ਇਹਨਾਂ ਗੱਲਾਂ ਦਾ ਸਬੰਧ ਕਿ ਉਹਨਾਂ ਦਾ ਸੱਭਿਆਚਾਰ ਸਾਡੇ ਤੋਂ ਵੱਖ ਹੈ ਤੇ ਸਾਡਾ ਸੱਭਿਆਚਾਰ ਜੋ ਹੈ ਉਹਨਾਂ ਤੋਂ ਵੱਖ ਹੈ ਨੀਵੀਂ ਜਾਤ ਦੇ ਲੋਕਾਂ ਦੇ ਨਾਲ ਇਹ ਵਿਤਕਰਕ ਕੀਤਾ ਜਾਂਦਾ ਰਿਹਾ ਹਮੇਸ਼ਾ ਤੋਂ ਹੀ ਫਿਰ ਅੱਗੇ ਹੈ ਪ੍ਰਾਤਨ ਸੰਸਕਾਰ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਹਨ ਕ੍ਰਾਤਨ ਪੁਰਾਣੇ ਸੰਸਕਾਰ ਪਰੰਤੂ ਇਹਨਾਂ ਸੰਸਕਾਰਾਂ ਦਾ ਸੰਬੰਧ ਜੋ ਹੈ ਧਰਮ ਨਾਲ ਵੀ ਹੁੰਦਾ ਹੈ ਕਿਹੜੇ ਸੰਸਕਾਰ ਜਿਵੇਂ ਜਨੈਉਪਾਣਾ ਇੱਕ ਧਾਰਮਿਕ ਸੰਸਕਾਰ ਹੈ ਤੇ ਇਹਦਾ ਸੰਬੰਧ ਜੋ ਹੈ ਉਹ ਸਭਿਆਚਾਰ ਦੇ ਨਾਲ ਵੀ ਹੈ ਹੁਣ ਅਸੀਂ ਇੱਥੇ ਗੁਰਬਖਸ਼ ਸਿੰਘ ਫਰੈਂਕ ਦੀ ਪਰਿਭਾਸ਼ਾ ਨਹੀਂ ਕਰ ਰਹੇ ਅੱਗੇ ਦੇਖੋ ਨੈਤਿਕਤਾ ਨੂੰ ਨੈਤਿਕਤਾ ਨੂੰ ਧਰਮ ਲਈ ਜ਼ਰੂਰੀ ਖਿਆਲ ਕੀਤਾ ਜਾਂਦਾ ਹੈ ਠੀਕ ਹੈ ਨਾ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਨਾ ਨ ਤੋਲ ਧਰਮ ਦਿਆ ਦਾ ਪੂਤ ਸੰਤੋਖ ਥਾਪ ਰਖਿਆ ਜਿੰਸੂਤ ਕਿ ਪਹਿਲਾ ਸਾਨੂੰ ਜੋ ਹੈ ਦਇਆ ਆਪਣੇ ਅੰਦਰ ਧਾਰਨ ਕਰਨੀ ਪਏਗੀ ਤਾਂ ਅਸੀਂ ਧਰਮੀ ਬਣਾਂਗੇ ਤੇ ਦਇਆ ਸਾਡੇ ਅੰਦਰ ਤਾਂ ਹੀ ਆਏਗੀ ਜਦੋਂ ਅਸੀਂ ਨੈਤਿਕ ਹੋਵਾਂਗੇ ਨੈਤਿਕਤਾ ਸਾਡੇ ਅੰਦਰ ਹੋਏਗੀ ਨੈਤਿਕਤਾ ਨੂੰ ਧਰਮ ਲਈ ਜ਼ਰੂਰੀ ਖਿਆਲ ਕੀਤਾ ਜਾਂਦਾ ਹੈ ਜਿਵੇਂ ਸਬਰ ਸੰਤੋਖ ਸੰਜਮ ਸੱਚ ਇਮਾਨਦਾਰੀ ਹਲੇਮੀ ਸਮਾਨਤਾ ਆਦ ਇਹ ਸਾਰੇ ਨੈਤਿਕਤਾ ਦੇ ਗੁਣ ਨੇ ਇਹਨਾਂ ਚੀਜ਼ਾਂ ਦਾ ਸਮਾਂ ਸੱਭਿਆਚਾਰ ਨਾਲ ਵੀ ਬਹੁਤ ਜ਼ਿਆਦਾ ਹੈ ਆਸ਼ਰਮ ਵਿਵਸਥਾ ਵੀ ਧਰਮ ਅਤੇ ਸੱਭਿਆਚਾਰ ਨਾਲ ਸੰਬੰਧ ਰੱਖਦੀ ਹੈ Hindu ਧਰਮ ਵਿੱਚ ਹੁੰਦੀ ਹੈ ਆਸ਼ਰਮ ਵਿਵਸਥਾ ਕਿ ਇਸ ਦੀ ਚਾਰ ਆਸ਼ਰਮ ਵਿੱਚ ਇਸ ਜੀਵਨ ਨੂੰ ਵੰਡਿਆ ਜਾਂਦਾ ਤੇ ਨੈਕਸਟ ਹੈ ਡਾਕਟਰ ਫਰੈਂਕ ਅਨੁਸਾਰ ਇੱਕ ਡਾਕਟਰ ਫਰੈਂਕ ਅਨੁਸਾਰ ਧਰਮ ਇੱਕ ਇੱਥੇ ਵਰਡ ਹੈ ਧਰਮ ਇੱਕ ਸੱਭਿਆਚਾਰਕ ਸੰਸਥਾ ਹੈ ਜਿਹੜੀ ਹੋਰ ਹਰ ਸੰਸਥਾ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਹੈ ਜਿਵੇਂ ਬਾਕੀ ਸੰਸਥਾਵਾਂ ਨੇ ਨਾ ਉਸੇ ਤਰ੍ਹਾਂ ਧਰਮ ਵੀ ਜਿਹੜੀ ਸੰਸਥਾ ਹੈ ਨਾ ਉਹ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਕਿਰਿਆਸ਼ੀਲ ਰਹਿੰਦੀ ਹੈ ਅਸੀਂ ਹਰ ਇੱਕ ਕੰਮ ਜੋ ਹੈ ਆਪਣੇ ਸੱਭਿਆਚਾਰ ਨੂੰ ਤੇ ਆਪਣੇ ਧਰਮ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ ਕੋਈ ਵੀ ਕੰਮ ਜਿਹੜਾ ਅਸੀਂ ਕਰਦੇ ਹਾਂ ਨਾ ਅਚੇਤ ਤੌਰ ਤੇ ਬਿਠਾ ਸਾਡੇ ਦਿਮਾਗ ਵਿੱਚ ਨਾ ਸਾਡਾ ਸੱਭਿਆਚਾਰ ਵੀ ਪਿਆ ਹੁੰਦਾ ਹੈ ਤੇ ਸਾਡਾ ਧਰਮ ਵੀ ਪਿਆ ਹੁੰਦਾ ਹੈ ਠੀਕ ਹੈ ਨਾ ਕੋਈ ਵੀ ਰਸਮ ਰਿਵਾਜ ਕੁਝ ਵੀ ਆਪਾਂ ਕਰਨਾ ਅਸੀਂ ਕਹਿ ਦਿੰਦੇ ਕਿ ਸਿੰਘ ਥੋੜਾ ਇੰਜ ਕਰਦੇ ਨੇ ਸਰਦਾਰ ਥੋੜਾ ਇੰਜ ਕਰਦੇ ਨੇ ਉਹਦੀ ਸਾਡਾ ਧਰਮ ਵੀ ਆ ਜਾਂਦਾ ਤੇ ਸਾਡਾ ਕਲਚਰ ਵੀ ਆ ਜਾਂਦਾ ਅ ਫਿਰ ਹੈ ਇਹ ਖੇਤਰ ਅਣ ਅਨਿਸ਼ਚਿਤ ਅਣਜਾਤੇ ਅਤੇ ਪਰਲੋਕਿਕ ਸੰਸਾਰ ਦਾ ਖੇਤਰ ਹੈ ਕਿ ਧਰਮ ਆਪਣੇ ਸੰਚਾਰ ਤੇ ਪ੍ਰਚਾਰ ਲਈ ਇਹ ਸੰਸਥਾ ਵੀ ਦੂਜੀਆਂ ਸਭਿਆਚਾਰਕ ਸਿਰਜਨਾਮਾ ਦਾ ਆਸਰਾ ਲੈਂਦੀ ਹੈ ਹੁਣ ਧਰਮ ਜੋ ਹੈ ਨਾ ਉਹ ਆਪਣੇ ਪ੍ਰਚਾਰ ਤੇ ਪ੍ਰਸਾਰ ਲਈ ਸੱਭਿਆਚਾਰ ਦਾ ਆਸਰਾ ਲੈਂਦਾ ਹੈ ਤੇ ਸੱਭਿਆਚਾਰ ਜੋ ਹੈ ਉਹ ਧਰਮ ਦਾ ਆਸਰਾ ਲੈਂਦਾ ਦੋਵੇਂ ਇੱਕ ਦੂਜੇ ਦਾ ਆਸਰਾ ਲੈਂਦੇ ਨੇ ਜਿਵੇਂ ਸੰਗੀਤ ਕਵਿਤਾ ਚਿੱਤਰਕਾਰੀ ਭਵਨ ਨਿਰਮਾਣ ਕਲਾ ਆਦਿ ਭਾਰਤੀ ਸੰਦਰਭ ਵਿੱਚ ਨਾਚਾਂ ਦਾ ਇਹ ਇਹ ਰਹਿਣ ਦਿਓ ਤੁਸੀਂ ਅੱਗੇ ਅੱਗੇ ਦੇਖੋ ਦਾਨ ਪੁੰਨ দান ਦੇਣਾ ਪੁੰਨ ਦੇ ਕੰਮ ਕਰਨੇ ਅਰਦਾਸ ਆਦਰਸ਼ ਜੀਵਨ ਬਤੀਤ ਕਰਨਾ ਸੱਚ ਤੇ ਨੇਕੀ ਦੀ ਰਾਹ ਤੇ ਚੱਲਣਾ ਆ ਜਿਹੜੇ ਨੇ ਇਹ ਧਰਮ ਦੇ ਵੀ ਹਿੱਸੇ ਨੇ ਤੇ ਨਾਲੇ ਦੇ ਨਾਲੇ ਇਹ ਸੱਭਿਆਚਾਰ ਦੇ ਵੀ ਹਿੱਸੇ ਨੇ ਸਮਾਜਿਕ ਨੀਤੀ ਤੇ ਨੀਤੀ ਦਾ ਸੰਬੰਧ ਵੀ ਦੋਹਾਂ ਨਾਲ ਵਿਸ਼ਿਆਂ ਨਾਲ ਹੈ ਸੱਚ ਦੇ ਮਾਰਗ ਤੇ ਚੱਲਣਾ ਆਪਣੇ ਕਰਮਾਂ ਨੂੰ ਪਵਿੱਤਰ ਰੱਖਣਾ ਇਹ ਧਰਮ ਦੇ ਵੀ ਕੰਮ ਨੇ ਤੇ ਸਾਡੇ ਕਲਚਰ ਦੇ ਵੀ ਕੰਮ ਨੇ ਕਿਸੇ ਦਾ ਆਦਰ ਕਰਨਾ ਪਰ ਉਪਕਾਰ ਕਰਨਾ ਦਇਆ ਕਰੂਣਾ ਆਦ ਜਿਹੜੇ ਨੇ ਇਹ ਧਰਮ ਨਾਲ ਵੀ ਸੰਬੰਧਿਤ ਹੁੰਦੇ ਨੇ ਤੇ ਸੱਭਿਆਚਾਰ ਨਾਲ ਵੀ ਤਿਉਹਾਰਾਂ ਦਾ ਸੰਬੰਧ ਅਗਲੇ ਪੈਰਾਗ੍ਰਾਫੀ ਦੇਖੋ ਤਿਉਹਾਰਾਂ ਦਾ ਸੰਬੰਧ ਜੋ ਸੱਭਿਆਚਾਰ ਨਾਲ ਹੁੰਦਾ ਹੈ ਅਤੇ ਉਹਨਾਂ ਹੀ ਤਿਉਹਾਰਾਂ ਦਾ ਸੰਬੰਧ ਜੋ ਹੈ ਸਾਡੇ ਧਰਮ ਨਾਲ ਵੀ ਹੁੰਦਾ ਜਿਵੇਂ ਦੀਵਾਲੀ ਦਸਹਿਰਾ ਤੀਜਾ ਈਦ ਆ ਜਿਹੜੇ ਵੀ ਧਾਰਮਿਕ ਤਿਉਹਾਰ ਨੇ ਨਾ ਉਹ ਸਾਡੇ ਕਲਚਰ ਵਿੱਚ ਵੀ ਆ ਗਏ ਨੇ ਪਰੰਤੂ ਇਹ ਤਿਹਾਸ ਸੱਭਿਆਚਾਰ ਨਾਲ ਵੀ ਪੂਰਾ ਪੂਰਾ ਸਮੰਝ ਲਗਦੇ ਨੇ ਤੇ ਇਹਨਾਂ ਦੀਆਂ ਸੱਭਿਆਚਾਰਕ ਅਦਰਾ ਕੀਮਤਾਂ ਵੀ ਕੋਈ ਘਟ ਨਹੀਂ ਹਨ ਅਸਲ ਵਿੱਚ ਧਰਮ ਨੂੰ ਸੱਭਿਅਤਾ ਦਾ ਇੱਕ ਅੰਗ ਮੰਨ ਸਕਦੇ ਹਾਂ ਅਸਲੀਚ ਅਸੀਂ ਕੀ ਕਰ ਸਕਦੇ ਹਾਂ ਧਰਮ ਨੂੰ ਸੱਭਿਆਚਾਰ ਦਾ ਹੀ ਆਪਣਾ ਅੰਗ ਮੰਨ ਸਕਦੇ ਹਾਂ ਮੈਂ ਸੱਭਿਅਤਾ ਬੋਲ ਰਹੀ ਹਾਂ ਸੱਭਿਆਚਾਰ ਦਾ ਹੀ ਇੱਕ ਅੰਗ ਮੰਨ ਸਕਦੇ ਹਾਂ ਕਿਉਂਕਿ ਇੱਕੋ ਸੱਭਿਆਚਾਰ ਦੇ ਲੋਕ ਕਈ ਧਰਮਾਂ ਦੇ ਹੋ ਸਕਦੇ ਨੇ ਜਿਵੇਂ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਲੋਕੀ ਹਰੇਕ ਪੰਜਾਬੀ ਨੇ ਤੇ ਉਹਨਾਂ ਦੇ ਧਰਮ ਵੱਖਰੇ ਵੱਖਰੇ ਹੋ ਸਕਦੇ ਆ ਠੀਕ ਹੈ ਨਾ ਹੋਰ ਨੇ ਹੋਰ ਬਾਕੀ ਸਟੇਟਾਂ 'ਚ ਵੀ ਰਹਿਣ ਵਾਲੇ ਲੋਕੀ ਧਰਮ ਉਹਨਾਂ ਦੇ ਵੱਖ ਹੋ ਸਕਦੇ ਨੇ ਤੇ ਉਹਨਾਂ ਦਾ ਕਲਚਰ ਵੀ ਘੋ ਸਕਦਾ ਦੋਵੇਂ ਵਿਸ਼ਿਆਂ ਦਾ ਸਬੰਧ ਜੋ ਹੈ ਮਨੁੱਖੀ ਜਾਤੀ ਨਾਲ ਹੈ ਧਰਮ ਦਾ ਵੀ ਤੇ ਸੱਭਿਆਚਾਰ ਦਾ ਵੀ ਜਿਹੜਾ ਸਬੰਧ ਹੈ ਉਹ ਮਨੁੱਖੀ ਜਾਤੀ ਨਾਲ ਹੈ ਧਰਮ ਵੀ ਕਿਸੇ ਮਨੁੱਖੀ ਜਾਤੀ ਦਾ ਹੀ ਹੋ ਸਕਦਾ ਹੈ ਤੇ ਸੱਭਿਆਚਾਰ ਵੀ ਕਿਸੇ ਮਨੁੱਖੀ ਜਾਤੀ ਦਾ ਹੀ ਠੀਕ ਹੈ ਨਾ ਪਸ਼ੂ ਪੰਛੀਆਂ ਦੇ ਧਰਮ ਨਹੀਂ ਹੁੰਦੇ ਪਸ਼ੂ ਪੰਛੀ ਦਾ ਕੋਈ ਸੱਭਿਆਚਾਰ ਵੀ ਨਹੀਂ ਹੁੰਦਾ ਇਹਨਾਂ ਦੋਵਾਂ ਦਾ ਰਿਲੇਸ਼ਨ ਜੋ ਹੈ ਉਹ ਇਨਸਾਨੀਤ ਨਾਲ ਹੈ ਪਹਿਰਾਵਾ ਵੀ ਦਾ ਸਮਨ ਸੱਭਿਆਚਾਰ ਨਾਲ ਹੈ ਪਰੰਤੂ ਕਿਸੇ ਹੱਦ ਤੱਕ ਪਹਿਰਾਵਾ ਜਿਹੜਾ ਹੈ ਉਹ ਧਰਮ ਨਾਲ ਵੀ ਸੰਬੰਧਿਤ ਹੁੰਦਾ ਠੀਕ ਹੈ ਨਾ ਜਿਵੇਂ Hindu ਧਰਮ ਵਿੱਚ ਤੋਤੀ ਪਾਣਾ ਮੁਸਲਮਾਨ ਸੂਫੀਆਂ ਦੁਆਰਾ ਉਹਨਾਂ ਦੇ ਕੱਪੜੇ ਪਾਣੇ ਤੇ ਐਸੀ ਤਰ੍ਹਾਂ ਪਹਿਰਾਵਾ ਜਿਹੜਾ ਹੈ ਉਹ ਸੱਭਿਆਚਾਰ ਦੇ ਅੰਤਰਗਤ ਆਂਦਾ ਹੈ ਨਾ ਤੇ ਇਸ ਤਰ੍ਹਾਂ ਹੀ ਧਰਮ ਦੇ ਅੰਤਰਗਤ ਵੀ ਆਉਂਦਾ ਹੈ ਫਿਰ ਇਹ ਸੱਭਿਆਚਾਰ ਵਿੱਚ ਰੰਗਾਂ ਦਾ ਵੀ ਆਪਣਾ ਵਿਸ਼ੇਸ਼ ਥਾਨ ਹੈ ਇਹ ਵન્સ ਵਨ ਨੇ ਰੰਗ ਜਿਹੜੇ ਨੇ ਉਹਨਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਿੱਖ ਧਰਮ ਵਿੱਚ ਜਿਵੇਂ ਨੀਲੀ ਤੇ ਕੇਸਰੀ ਪਗੜੀ ਬੰਨਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ Hindu ਧਰਮ ਵਿੱਚ ਕੇਸਰੀ ਰੰਗ ਨੂੰ ਤੇ ਇਸ ਤਰ੍ਹਾਂ ਮੁਸਲਮਾਨ ਧਰਮ ਵਿੱਚ ਜੋ ਹੈ ਹਰਾ ਰੰਗ ਉਹ ਉਹਨਾਂ ਦਾ ਆਪਣਾ ਵਿਸ਼ੇਸ਼ ਪਛਾਣ ਮਾਤਰਕ ਦਾ ਬਸ ਹੁਣ ਛਿੱਟੇ ਤੇ ਆ ਜਾਓ ਉਪਰੋਕਤ ਵਿਆਖਿਆ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਸੱਭਿਆਚਾਰ ਤੇ ਧਰਮ ਦੋਵੇਂ ਅੰਤਰ ਸੰਬੰਧਿਤ ਵਿਸ਼ੇ ਨੇ ਤੇ ਇਹਨਾਂ ਦੁਹਾਈਂ ਚ ਜੋ ਸੰਬੰਧ ਹੈ ਉਹ ਵੀ ਅਟੁੱਟ ਹੈ ਡਾਕਟਰ ਗੁਰਬਖ ਗੁਰਬਖ ਸਿੰਘ ਫ੍ਰੈਂਕ ਦੇ ਸ਼ਬਦਾਂ ਵਿੱਚ ਧਰਮ ਇੱਕ ਸੱਭਿਆਚਾਰਕ ਸੰਸਥਾ ਹੈ ਬਹੁਤ ਵਧੀਆ ਗੱਲ ਕਹੀ ਗੁਰਬਖ ਸਿੰਘ ਫ੍ਰੈਂਕ ਨੇ ਕਿ ਧਰਮ ਜੋ ਹੁੰਦਾ ਹੈ ਨਾ ਉਹ ਸੱਭਿਆਚਾਰਕ ਸੰਸਥਾ ਹੁੰਦੀ ਹੈ ਜਿਹੜੀ ਹੋਰ ਹਰ ਸੰਸਥਾ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਰਹਿੰਦੀ ਹੈ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਇੱਕ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਰਹਿੰਦੀ ਹੈ ਇਹ ਖੇਤਰ ਜਿਹੜਾ ਹੈ ਇਹ ਖੇਤਰ ਇਹ ਖੇਤਰ ਅਨਿਸ਼ਚਿਤ ਅਣਜਾਣੇ ਅਤੇ ਪਰਲੋਕਿਕ ਸੰਸਾਰ ਦਾ ਖੇਤਰ ਹੈ ਆਪਣੇ ਸੰਚਾਰ ਦੇ ਪ੍ਰਸਾਰ ਲਈ ਪ੍ਰਸਾਰ ਲਈ ਸੰਸਥਾ ਇਹ ਸੰਸਥਾ ਵੀ ਦੂਜੀਆਂ ਸੱਭਿਆਚਾਰਕ ਸਿਰਜਣਾਵਾਂ ਦਾ ਆਸਰਾ ਲੈਂਦੀ ਹੈ ਜਿਵੇਂ ਸੰਗੀਤ ਕਵਿਤਾ ਚਿੱਤਰਕਾਰੀ ਆਦਿ ਭਵਨ ਨਿਰਮਾਣ ਹੋਣੀ ਬੇਟਾ ਇੱਕ ਗੱਲ ਇਹਦੇ ਵਿੱਚ ਐਸੀ ਦਿੱਤੀ ਨਹੀਂ ਹੋਈ ਪਰ ਮੈਨੂੰ ਜਿਵੇਂ ਮੇਰੇ ਮਾਇੰਡ ਵਿੱਚ ਆ ਰਹੀ ਹੈਗੀ ਕਿ ਧਰਮ ਅਤੇ ਸੱਭਿਆਚਾਰ ਦਾ ਨਾ ਜਿਹੜਾ ਇੱਕ ਜੋ ਸੰਬੰਧ ਹੈ ਉਹ ਇੱਥੇ ਜਦੋਂ ਸੰਗੀਤ ਵਰਡ ਆਇਆ ਨਾ ਤਾਂ ਮੇਰੇ ਦਿਮਾਗ 'ਚ ਆਇਆ ਹੁਣ ਸਾਡੇ ਕਲਚਰ 'ਚ ਜਿਹੜੇ ਆਪਣੇ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰੀਏ ਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਾਰੇ ਲੋਕ ਕਾਵ ਰੂਪ ਉਹਨਾਂ ਨੇ ਵਰਤੇ ਨੇ ਬਾਬਾ ਜੀ ਨੇ ਅਲੋਣੀਆਂ ਸਿੱਠਣੀਆਂ 12 ਮਹਾ ਘੋੜੀਆਂ ਐਵੇਂ ਕਰਕੇ ਵਰਤੇ ਨੇ ਬਹੁਤ ਸਾਰੇ ਤੇ ਉਹ ਸਾਡੇ ਸੱਭਿਆਚਾਰੀ 'ਚ ਹੁੰਦੇ ਨੇ ਤੇ ਫਿਰ ਦੇਖੋ ਸਾਡੇ ਧਾਰਮਿਕ ਗ੍ਰੰਥਾਂ 'ਚ ਵੀ ਪਾਏ ਜਾਂਦੇ ਨੇ ਸਾਡੇ ਇਹ ਵਾਲੇ ਰੂਪ ਤੇ ਉਹਦੇ ਤੋਂ ਇਲਾਵਾ ਜਦੋਂ ਅਸੀਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਨੀ ਹੁੰਦੀ ਹੈ ਨਾ ਉਹਦਾ ਜਿਹੜਾ ਤਰੀਕਾ ਹੈ ਭਾਰਤੀ ਲੋਕਾਂ ਵਿੱਚ ਜਿਹੜਾ ਉਹਦਾ ਤਰੀਕਾ ਹੈ ਉਹ ਗਾਉਣਾ ਹੈ ਚਾਹੇ ਉਹ ਕੀਰਤਨ ਦੇ ਰੂਪ ਵਿੱਚ ਗਾਇਆ ਜਾਏ ਚਾਹੇ ਉਹ ਭਜਨ ਗਾਏ ਜਾਣ ਚਾਹੇ ਸੂਫੀਆਂ ਦੀਆਂ ਕਵਾਲੀਆਂ ਗਾਈਆਂ ਜਾਣ ਮਤਲਬ ਕਿ ਪ੍ਰਮਾਤਮਾ ਨੂੰ ਖੁਸ਼ ਕਰਨ ਦਾ ਜਿਹੜਾ ਇੱਕ ਤਰੀਕਾ ਹੈ ਉਹ ਅਸੀਂ ਆਪਣੇ ਕਲਚਰ ਵਿੱਚੋਂ ਲਿਆ ਹੋਇਆ ਹੈ ਸਾਡਾ ਕਲਚਰ ਜੋ ਹੈ ਸੰਗੀਤ ਨਾਲ ਸੰਗੀਤ ਜੋ ਹੈ ਉਹ ਸਾਡੇ ਕਲਚਰ ਦਾ ਇੱਕ ਹਿੱਸਾ ਹੈ ਤੇ ਸੰਗੀਤ ਨੂੰ ਅਸੀਂ ਗੁਰਨਾਦਿਵ ਜੀ ਗੁਰਗ੍ਰੰਥ ਸਾਹਿਬ ਜੀ ਵਿੱਚ ਵੀ ਕਿਹਾ ਗਿਆ ਹੈ ਨਾ ਕੀਰਤਨ ਨਿਰਮੋਲ ਖੀਰਾ ਤੇ ਕੀਰਤਨ ਜੋ ਹੈ ਉਹ ਸਾਨੂੰ ਇਹ ਸਾਰੇ ਤਰੀਕੇ ਜਿਹੜੇ ਨੇ ਰੱਬ ਨੂੰ ਪਾਉਣ ਦੇ ਨੇ ਤੇ ਇਹਨਾਂ ਦਾ ਸਬੰਧ ਗਾਉਣ ਨਾਲ ਹੈ ਸੰਗੀਤ ਨਾਲ ਹੈ ਤੇ ਇਹ ਦੋਵੇਂ ਗਾਣਾ ਵੀ ਤੇ ਸੰਗੀਤ ਵੀ ਸਾਡੇ ਕਲਚਰ ਦਾ ਇੱਕ ਹਿੱਸਾ ਹੈ ਓਕੇ ਬੇਟਾ ਮੇਰੇ ਤੁਹਾਨੂੰ ਸਮਝ ਆ ਗਿਆ ਹੋਵੇਗਾ ਕੱਲ ਨੂੰ ਅਸੀਂ ਆਪਣਾ ਅਗਲਾ ਕਰਕੇ ਫਿਰ ਆਪਣਾ 3rd ਯੂਨਿਟ ਸ਼ੁਰੂ ਕਰਾਂਗੇ ਓਕੇ ਥੈਂਕ ਯੂ